ਗੁਰਬਾਣੀ ਦੇ ਅੰਦਰ ਸੰਗਤ ਦਾ ਬੜਾ ਪ੍ਰਭਾਵ ਹੈ। ਮਨੁੱਖ ਦੀ ਸੰਗਤ ਕਿਹੋ ਜਿਹੀ ਹੈ, ਮਨੁੱਖ ਦੀ ਹਾਲਾਤ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ। ਸੰਗਤ ਵੀ ਦੋ ਤਰ੍ਹਾਂ ਦੀ ਹੈ, ਇੱਕ ਸੰਗਤ ਹੈ ਜਿਹਨੂੰ ਆਪਾਂ ਚੰਗੀ ਸੰਗਤ ਕਹਿੰਦੇ ਹਾਂ, ਸਤ ਸੰਗਤ ਕਹਿੰਦੇ ਹਾਂ, ਜਿੱਥੇ ਸਤ ਦੀ ਗੱਲ ਹੁੰਦੀ ਹੈ, ਪਰਮਾਤਮਾ ਦੀ ਗੱਲ ਹੁੰਦੀ ਹੈ। ਦੂਸਰੀ ਸੰਗਤ ਉਹ ਹੈ ਜਿਹੜੀ ਮਾੜੀ ਸੰਗਤ ਹੁੰਦੀ ਹੈ, ਜਿਹਨੂੰ ਗੁਰਬਾਣੀ ਦੇ ਅੰਦਰ ਕੁਸੰਗਤ ਵੀ ਕਿਹਾ ਹੈ, ਜਿਹਦੇ ਸੰਗਤ ਵਿੱਚ ਜਾਣ ਦੇ ਨਾਲ ਮਨੁੱਖ ਮਾੜੇ ਪ੍ਰਭਾਵ ਕਬੂਲਦਾ ਹੈ, ਮਾੜੀਆਂ ਗੱਲਾਂ ਸੁਣਦਾ ਹੈ, ਮਾੜੀਆਂ ਗੱਲਾਂ ਫਿਰ ਕਰਦਾ ਹੈ, ਭਾਵ ਵਿਸ਼ੇ ਵਿਕਾਰਾਂ ਵਿੱਚ ਜ਼ਿੰਦਗੀ ਜਿਉਂਦਾ ਹੈ, ਉਹਨੂੰ ਕੁਸੰਗਤ ਕਹਿੰਦੇ ਨੇ। ਗੁਰਬਾਣੀ ਦੇ ਅੰਦਰ ਮਨੁੱਖ ਨੂੰ ਚੰਗੀ ਸੰਗਤ ਧਾਰਨ ਕਰਨ ਦੀ ਅਤੇ ਮਾੜੀ ਸੰਗਤ ਤੋਂ ਬਚਣ ਦੀ ਪ੍ਰੇਰਨਾ ਜਿਹੜੀ ਹੈ ਉਹ ਦਰਸਾਈ ਹੈ। ਇੱਕ ਭਗਤ ਕਬੀਰ ਜੀ ਨੇ ਅੱਜ ਦੇ ਦੋ ਸ਼ਲੋਕਾਂ ਦੇ ਵਿੱਚ ਸਾਨੂੰ ਚੰਗੀ ਸੰਗਤ ਦੇ ਕੀ ਲਾਭ ਨੇ ਅਤੇ ਮਾੜੀ ਸੰਗਤ ਦੇ ਕੀ ਭੈੜੇ ਪ੍ਰਭਾਵ ਨੇ, ਉਹਨਾਂ ਦਾ ਜ਼ਿਕਰ ਇਹਨਾਂ ਸ਼ਲੋਕਾਂ ਦੇ ਵਿੱਚ ਕੀਤਾ ਹੈ। ਪਹਿਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਪਲਾ, ਬੇੜਿਓ ਢਾਕ ਪਲਾਸ। ਢਾਕ ਪਲਾਸ ਇੱਕ ਇਹੋ ਜਿਹੇ ਦਰਖਤ ਨੇ ਜਿਹੜੇ ਕਿਸੇ ਕੰਮ ਨਹੀਂ ਆਉਂਦੇ, ਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਪਲਾ, ਚੰਦਨ ਦਾ ਦਰਖਤ ਜਿਹੜਾ ਹੈ, ਚੰਦਨ ਦਾ ਬੂਟਾ ਜਿਹੜਾ ਹੈ, ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਸ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੈ, ਕਿਉਂਕਿ ਉਹਦੇ ਵਿੱਚ ਆਪਣੀ ਬੜੀ ਸੁਗੰਧੀ ਹੈ, ਔਰ ਉਸ ਸੁਗੰਧੀ ਦੇ ਨਾਲ ਉਸ ਢਾਕ ਪਲਾਸ ਵਰਗੇ ਨਿਕੰਮੇ ਦਰਖਤਾਂ ਨੂੰ ਵੀ ਚੰਗਾ ਬਣਾ ਦਿੰਦੀ ਹੈ, ਕਿਉਂਕਿ ਚੰਦਨ ਦਾ ਰੁੱਖ ਗੁਣਾਂ ਦੇ ਨਾਲ ਭਰਪੂਰ ਹੈ, ਭਾਵੇਂ ਕਿ ਉਹਦੀ ਬਹੁਤੀ ਉੱਚੀ ਉਚਾਈ ਨਹੀਂ ਹੈ, ਪਰ ਆਪਣੀ ਸੁਗੰਧੀ ਦੇ ਨਾਲ ਉਹਦੇ ਅੰਦਰ ਇਹੋ ਜਿਹਾ ਗੁਣ ਹੈ ਕਿ ਹੋਰਾਂ ਦਰਖਤਾਂ ਦੇ ਵਿੱਚ ਉਹ ਸੁਗੰਧੀ ਭਰ ਦਿੰਦਾ ਹੈ। ਇਸੇ ਕਾਰਨ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਕੁੱਲ ਭਲੀ ਹੈ, ਉਹ ਮਨੁੱਖ ਭਲਾ ਹੈ, ਜਿਸ ਕੁੱਲ ਦੇ ਵਿੱਚ ਰੱਬ ਦਾ ਨਾਮ ਜਪਣ ਵਾਲਾ ਪੁਰਖ ਪੈਦਾ ਹੋ ਜਾਂਦਾ ਹੈ, ਤੇ ਉਸ ਕੁੱਲ ਦਾ ਵੀ ਉਹ ਉਧਾਰ ਕਰ ਦਿੰਦਾ ਹੈ, ਕਿਉਂਕਿ ਉਸ ਕੁੱਲ ਦੇ ਵਿੱਚ ਉਹਦਾ ਜਨਮ ਹੈ, ਉਸ ਤੋਂ ਪ੍ਰਭਾਵ ਕਬੂਲ ਕਰਕੇ ਉਸ ਕੁੱਲ ਦੇ ਲੋਕ ਜਿਹੜੇ ਨੇ ਉਹ ਵੀ ਚੰਗੇ ਗੁਣ ਧਾਰਨ ਕਰ ਲੈਂਦੇ ਨੇ, ਤੇ ਉਹਨਾਂ ਦਾ ਵਿਪਾਰ ਉਤਾਰਾ ਹੋ ਜਾਂਦਾ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਸੋਈ ਕੁੱਲ ਭਲੀ, ਉਹ ਕੁੱਲ ਭਲੀ ਹੈ ਜਾਂ ਕੁੱਲ ਹਰ ਕੋ ਦਾਸ, ਜਿਸ ਕੁੱਲ ਦੇ ਵਿੱਚ ਹਰੀ ਦਾ ਦਾਸ, ਹਰੀ ਦਾ ਸੇਵਕ ਪੈਦਾ ਹੋ ਗਿਆ। ਜਹ ਕੁੱਲ ਦਾਸ ਨਾ ਉਪਜੈ, ਸੋ ਕੁੱਲ ਢਾਕ ਪਲਾਸ। ਕਹਿਣ ਲੱਗੇ ਜਿਸ ਕੁੱਲ ਦੇ ਵਿੱਚ ਹਰੀ ਦਾ ਦਾਸ ਹੀ ਨਹੀਂ ਪੈਦਾ ਹੋਇਆ, ਉਹ ਤੇ ਕੁੱਲ ਇਹੋ ਜਿਹੀ ਹੈ ਜਿਵੇਂ ਢਾਕ ਪਲਾਸ ਦੇ ਦਰਖਤ ਹੋਵਣ। ਕਿਉਂਕਿ ਪਹਿਲਾਂ ਬੇਨਤੀ ਕੀਤੀ ਸਤਸੰਗਤ ਜੀ, ਢਾਕ ਪਲਾਸ ਦਾ ਜਿਹੜਾ ਦਰਖਤ ਹੈ ਨਾ, ਉਹ ਕਿਸੇ ਕੰਮ ਦਾ ਨਹੀਂ ਹੈ, ਤੇ ਜਿਸ ਕੁੱਲ ਦੇ ਵਿੱਚ ਚੰਦਨ ਵਰਗਾ ਭਾਵ ਚੰਗੀ ਗੁਣਾਂ ਦਾ ਧਾਰਨੀ ਰੱਬ ਦਾ ਦਾਸ ਪੈਦਾ ਨਹੀਂ ਹੋਇਆ, ਤੇ ਉਹ ਕੁੱਲ ਜਿਹੜੀ ਹੈ ਨਾ, ਉਹ ਤੇ ਮਾਨੋ ਢਾਕ ਪਲਾਸ ਵਰਗੀ ਹੈ। ਕਿਉਂਕਿ ਚੰਦਨ ਦਾ ਦਰਖਤ ਤਮਾਮ ਬਨਸਪਤੀ ਦੇ ਅੰਦਰ ਆਪਣੀ ਸੁਗੰਧੀ ਪੈਦਾ ਕਰਕੇ ਉਹਨਾਂ ਨੂੰ ਆਪਣਾ ਹੀ ਰੂਪ ਜਿਹੜਾ ਹੈ ਉਹ ਦੇ ਦਿੰਦਾ ਹੈ। ਭਾਈ ਗੁਰਦਾਸ ਜੀ ਵੀ ਇਸ ਪ੍ਰਥਾਈ ਅਗਵਾਈ ਕਰਦੇ ਨੇ, ਕਹਿੰਦੇ ਨੇ ਚੰਦਨ ਸੁਗੰਧ ਸੰਬੰਧ ਕੇ ਬਨਸਪਤੀ,
ਚੰਦਨ ਦੀ ਸੁਗੰਧ ਦੇ ਨਾਲ ਉਹਦਾ ਸੰਬੰਧ ਭਾਵ ਨੇੜਤਾ ਬਣਨ ਦੇ ਨਾਲ ਉਹਦੀ ਸੰਗਤ ਕਰਨ ਦੇ ਨਾਲ ਜਿਹੜੀ ਬਨਸਪਤੀ ਹੈ ਨਾ ਉਹ ਵੀ ਉਹਦੇ ਗੁਣ ਧਾਰਨ ਕਰ ਲੈਂਦੀ ਹੈ, ਉਹਨਾਂ ਦੇ ਵਿੱਚ ਵੀ ਉਹੋ ਜਿਹੇ ਸੁਗੰਧੀ ਜਿਹੜੀ ਹੈ ਨਾ ਉਹ ਆਉਣ ਲੱਗ ਪੈਂਦੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਢਾਕ ਆਓ ਪਲਾਸ ਜੈਸੇ ਚੰਦਨ ਸੁਵਾਸ ਹੈ। ਢਾਕ ਪਲਾਸ ਜਿਹੜਾ ਕੋਈ ਦਰਖਤ ਕਿਸੇ ਕੰਮ ਦਾ ਨਹੀਂ ਹੈ ਉਹ ਵੀ ਉਸ ਚੰਦਨ ਦੀ ਸੁਗੰਧੀ ਦੇ ਨਾਲ ਭਰਪੂਰ ਹੋ ਜਾਂਦਾ, ਕਿਉਂਕਿ ਚੰਦਨ ਦੇ ਉਹ ਸੰਬੰਧ ਵਿੱਚ ਆ ਜਾਂਦਾ ਹੈ, ਉਹਦੀ ਸੰਗਤ ਵਿੱਚ ਆ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਸਾਧ ਸੰਗ ਮਿਲਤ ਸੰਸਾਰੀ ਨਿਰੰਕਾਰੀ ਹੋਤ, ਜਿਹੜੇ ਸੰਸਾਰੀ ਲੋਕ ਵਿਸ਼ੇ ਵਿਕਾਰਾਂ ਵਿੱਚ ਨੇ ਉਹੀ ਸੰਸਾਰੀ ਲੋਕ ਚੰਗੇ ਗੁਣਾਂ ਵਾਲੇ ਬਣ ਜਾਂਦੇ ਨੇ, ਨਿਰੰਕਾਰ ਦਾ ਰੂਪ ਹੋ ਜਾਂਦੇ ਨੇ। ਪਰ ਕਦੋਂ? ਜਦੋਂ ਸਾਧ ਸੰਗਤ ਵਿੱਚ ਆਉਂਦੇ ਨੇ। ਤਾਈਓ ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਸਾਧ ਸੰਗਤ ਵਿੱਚ ਜਾ ਤੇ ਮਾੜੀ ਸੰਗਤ ਤੋਂ ਬਚ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗ ਮਿਲਤ ਸੰਸਾਰੀ ਨਿਰੰਕਾਰੀ ਹੋਤ ਗੁਰਮਤ ਪਰ ਉਪਕਾਰ ਕੀ ਨਿਵਾਸ ਹੈ। ਗੁਰੂ ਦੀ ਮਤ ਬੜਾ ਵੱਡਾ ਪਰ ਉਪਕਾਰ ਕਰਦੀ ਹੈ, ਔਰ ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੇ ਨੇ ਸਤਸੰਗਤ ਵਿੱਚ ਆ ਕੇ ਉਹ ਸੰਸਾਰੀ ਭਾਵ ਵਿਸ਼ੇ ਵਿਕਾਰਾਂ ਤੋਂ ਬਚ ਕੇ ਨਿਰੰਕਾਰ ਦਾ ਰੂਪ ਜਿਹੜਾ ਹੈ ਉਹ ਹੋ ਜਾਂਦੇ ਨੇ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਉਹ ਵੀ ਚੰਦਨ ਦਾ ਰੂਪ ਹੋ ਜਾਂਦਾ ਹੈ, ਜਿਹੜਾ ਚੰਦਨ ਦੇ ਦਰਖਤ ਦੇ ਨੇੜੇ ਜਿਹੜਾ ਹੈ ਉਹ ਉੱਗ ਜਾਂਦਾ ਹੈ, ਉਹ ਚੰਦਨ ਹੀ ਬਣ ਜਾਂਦਾ, ਉਹਦਾ ਰੂਪ ਹੀ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਚੰਦਨ ਦਾ ਬੂਟਾ ਜਿਵੇਂ ਤਮਾਮ ਬਨਸਪਤੀ ਨੂੰ ਸੁਗੰਧਿਤ ਕਰ ਦਿੰਦਾ ਹੈ, ਇਵੇਂ ਪਰਮੇਸ਼ਰ ਦਾ ਨਾਮ ਜਪਦਿਆਂ ਸਤਸੰਗਤ ਵਿੱਚੋਂ ਉਹ ਮਨੁੱਖ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਜਿਹਨੂੰ ਅਸੀਂ ਪਤਤ ਕਹਿੰਦੇ ਨੇ, ਗੁਰਬਾਣੀ ਉਹ ਪਤਤ ਸ਼ਬਦ ਵਰਤਦੀ ਹੈ, ਉਹ ਵੀ ਜਿਹੜਾ ਹੈ ਨਾ ਉਹ ਵੀ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਕਿਉਂਕਿ ਚੰਗੇ ਗੁਣਾਂ ਵਾਲਾ ਹੋ ਜਾਂਦਾ ਹੈ। ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਚਾਰ ਵਰਨ ਚਾਰ ਆਸ਼ਰਮ। ਖੱਤਰੀ ਹੋਵੇ ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਸ਼ੂਦਰ ਹੋਵੇ ਤੇ ਭਾਵੇਂ ਵੈਸ਼ ਹੋਵੇ, ਕਿਉਂਕਿ ਮਨੂ ਸਿਮਰਤੀ ਨੇ ਚਾਰ ਤਰ੍ਹਾਂ ਦੇ ਵਰਨ ਜਿਹੜੇ ਸਨ ਉਹ ਘੜ ਦਿੱਤੇ, ਭਾਵੇਂ ਕਿ ਮਨੁੱਖ ਇੱਕੋ ਜਿਹਾ ਹੀ ਸਿਕਾ। ਤੇ ਸਤਿਗੁਰ ਕਹਿੰਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਨਾਮ ਧਿਆਵੈ ਸੋ ਪ੍ਰਵਾਨ। ਕਿਉਂਕਿ ਸ਼ੂਦਰ ਨੂੰ ਤੇ ਨਾਮ ਜਪਣ ਦੀ ਮਨਾਹੀ ਕੀਤੀ ਹੋਈ ਸੀ, ਪਰ ਸਤਿਗੁਰ ਦੀ ਬਾਣੀ ਕਹਿਣ ਲੱਗੀ ਜੇ ਸ਼ੂਦਰ ਵੀ ਨਾਮ ਜਪ ਲਵੇ ਨਾ ਤੇ ਉਹ ਵੀ ਪ੍ਰਧਾਨ ਭਾਵ ਮੁਖੀਆ ਪ੍ਰਸਿੱਧ ਹੋ ਜਾਂਦਾ ਹੈ, ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਫਿਰ ਨਾਲ ਉਦਾਹਰਨ ਦਿੰਦੇ ਨੇ ਜੋ ਅੱਜ ਦੇ ਸ਼ਲੋਕਾਂ ਦੇ ਨਾਲ ਮੇਲ ਖਾਂਦੀ ਹੈ, ਕਹਿੰਦੇ ਨੇ ਜੋ ਚੰਦਨ ਨਿਕਟ ਵਸੇ ਹਰਿੰਡ ਬਪਰਾ ਕਿਉਂ ਸਤ ਸੰਗਤ ਮਿਲ ਪਤਤ ਪ੍ਰਵਾਨ। ਕਹਿਣ ਲੱਗੇ ਜਿਵੇਂ ਚੰਦਨ ਦੇ ਨਿਕਟ ਨੇੜੇ ਹਰਿੰਡ ਬਪਰਾ ਵਸਿਆ ਹੋਇਆ ਹੈ ਉਹ ਵੀ ਸੁਗੰਧਿਤ ਹੋ ਜਾਂਦਾ ਹੈ ਚੰਦਨ ਤੋਂ ਸੁਗੰਧੀ ਲੈ ਕੇ, ਤਿਵੇਂ ਹੀ ਸਤਸੰਗਤ ਵਿੱਚ ਆ ਕੇ ਪਤਤ ਭਾਵ ਵਿਕਾਰਾਂ ਵਿੱਚ ਡਿੱਗਿਆ ਹੋਇਆ ਮਨੁੱਖ ਉਹ ਵੀ ਪ੍ਰਵਾਨ ਹੋ ਜਾਂਦਾ ਹੈ ਕਿਉਂਕਿ ਚੰਦਨ ਆਪਣਾ ਰੂਪ ਕਰ ਦਿੰਦਾ ਹੈ। ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਚੰਦਨ ਕੈ ਸੰਗ ਤਰਵਰ ਵਿਗੜਿਓ ਸੋ ਤਰਵਰ ਚੰਦਨ ਹੋਏ ਨਿਬਰਿਓ। ਉਹ ਚੰਦਨ ਦਾ ਰੂਪ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਕੋਈ ਮਨੁੱਖ
ਵਿਸ਼ੇ ਵਿਕਾਰਾਂ ਵਿੱਚ ਫਸਿਆ ਹੋਇਆ ਹੈ, ਭਾਵ ਨਿੰਦਕ ਹੈ, ਗੁਨਾਹ ਕਰਨ ਵਾਲਾ ਹੈ, ਜੇ ਉਹ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਕੋਈ ਨਿੰਦਕ ਹੋਵੇ ਸਤਿਗੁਰ ਕਾ, ਫਿਰ ਸ਼ਰਨ ਗੁਰ ਆਵੇ। ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤਸੰਗਤ ਨਾਲ ਰਲਾਵੇ। ਉਹ ਪਿਛਲੇ ਗੁਨਾਹਾਂ ਨੂੰ ਗੁਰੂ ਮਾਫ਼ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ, ਆਪਣੀ ਸਤਸੰਗਤ ਵਿੱਚ ਮਿਲਾ ਲੈਂਦਾ ਹੈ। ਅਤੇ ਜਿਵੇਂ ਟੋਭਿਆਂ ਦਾ ਪਾਣੀ, ਗਲੀਆਂ ਦਾ ਨਾਲਿਆਂ ਦਾ ਪਾਣੀ ਆਮ ਦੇਖਦੇ ਹਾਂ ਅਸੀਂ ਤੁਰਿਆ ਹੋਇਆ ਗੰਦਾ ਹੁੰਦਾ ਹੈ, ਪਰ ਜਦੋਂ ਉਹ ਪਵਿੱਤਰ ਨਦੀ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉਹ ਵੀ ਚੰਗਾ ਬਣ ਜਾਂਦਾ ਹੈ। ਜਿਉਂ ਮੀਂਹ ਬੂਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਉਹ ਵੀ ਚੰਗਾ ਬਣ ਜਾਂਦਾ, ਪਵਿੱਤਰ ਬਣ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹੀ ਜਿਹੜੀ ਵਡਿਆਈ ਹੈ ਉਹ ਗੁਰੂ ਦੀ ਵੀ ਹੈ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿੱਤ ਮਿਲੈ ਤਿਸ਼ਨਾ ਭੁੱਖ ਉਤਰੇ, ਹਰ ਸ਼ਾਂਤ ਤੜ ਆਵੇ। ਉਹ ਮਕਾਰੀ ਮਨੁੱਖ, ਉਹ ਨਿੰਦਕ ਮਨੁੱਖ, ਵਿਸ਼ੇ ਵਿਕਾਰਾਂ ਵਿੱਚ ਜੂਣ ਵਾਲਾ ਮਨੁੱਖ, ਉਹਦੇ ਮਨ ਨੂੰ ਵੀ ਸ਼ਾਂਤੀ ਮਿਲ ਜਾਂਦੀ ਹੈ ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਤੇ ਗੁਰੂ ਨਿਰਵੈਰ ਹੈ ਤੇ ਗੁਰੂ ਨਿਰਵੈਰ ਸਭ ਨੂੰ ਇੱਕ ਜਿਹਾ ਕਰ ਦਿੰਦਾ ਹੈ। ਕੋਈ ਮਾੜੇ ਕਰਮ ਕਰਨ ਵਾਲਾ ਉਹਨੂੰ ਵੀ ਚੰਗਾ ਬਣਾ ਦਿੰਦਾ ਹੈ। ਤੇ ਦੂਸਰੇ ਸਲੋਕ ਦੇ ਵਿੱਚ ਭਗਤ ਕਬੀਰ ਜੀ ਹੁਣ ਉਸ ਦੀ ਵੀ ਗੱਲ ਕਰਦੇ ਹਨ ਵੀ ਜਿਹੜੇ ਮਨੁੱਖ ਆਪਣੀ ਹੰਕਾਰ ਦੇ ਕਾਰਨ, ਹਉਮੈ ਦੇ ਕਾਰਨ ਜ਼ਿੰਦਗੀ ਜਿਉਂਦੇ ਨੇ, ਉਹ ਭਟਕਣਾ ਦੇ ਵਿੱਚ ਰਹਿ ਜਾਂਦੇ ਨੇ। ਇੱਕ ਤਸਵੀਰ ਪਹਿਲੀ ਸੀ ਵੀ ਤੂੰ ਚੰਦਨ ਦੇ ਨਜ਼ਦੀਕ ਆ ਜਾ, ਭਾਵ ਸਤਸੰਗਤ ਵਿੱਚ ਆ ਜਾ, ਤੇਰਾ ਪਾਰ ਉਤਾਰਾ ਹੋ ਜਾਏਗਾ। ਚੰਦਨ ਦੇ ਨਿਕਟ ਜਿਵੇਂ ਬਨਸਪਤੀ ਉਹਦਾ ਰੂਪ ਹੋ ਜਾਂਦੀ, ਉਹਨਾਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਪਰ ਭਗਤ ਕਬੀਰ ਜੀ ਕਹਿਣ ਲੱਗੇ ਵੀ ਜੇ ਤੂੰ ਚੰਦਨ ਦੇ ਕੋਲ ਗਿਆ, ਭਾਵ ਸਤਸੰਗਤ ਦੇ ਵਿੱਚ ਗਿਆ, ਤੇ ਤੇਰੇ ਅੰਦਰ ਕੋਈ ਤਬਦੀਲੀ ਨਾ ਆਈ, ਤੇ ਤਬਦੀਲੀ ਨਾ ਆਉਣ ਦਾ ਕਾਰਨ ਇੱਕੋ ਹੀ ਹੈ ਵੀ ਤੇਰੇ ਅੰਦਰ ਹੰਕਾਰ ਹੈ। ਤੇ ਉਸ ਹੰਕਾਰ ਦੀ ਤਰਜੀਹ ਜਿਹੜੀ ਹੈ ਭਗਤ ਕਬੀਰ ਜੀ ਬਾਂਸ ਦੇ ਨਾਲ ਦਿੰਦੇ ਨੇ। ਕਹਿੰਦੇ ਨੇ ਕਬੀਰ ਬਾਂਸ ਵਡਾਈ ਬੁੱਢਿਆ, ਇਹੋ ਮਤ ਡੁੱਬੋ ਕੋਏ, ਚੰਦਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ। ਇਹ ਕਬੀਰ ਬਾਂਸ ਦਾ ਬੂਟਾ ਕਿਉਂਕਿ ਬੜਾ ਉੱਚਾ ਹੁੰਦਾ ਹੈ, ਉਹ ਉੱਚਾ ਲੰਮਾ ਹੋਣ ਦੇ ਕਾਰਨ ਮਾਣ ਦੇ ਵਿੱਚ ਡੁੱਬਿਆ ਹੋਇਆ ਹੈ। ਕਬੀਰ ਬਾਂਸ ਵਡਾਈ ਬੁੱਢਿਆ, ਇਹੋ ਮਤ ਡੁੱਬੋ ਕੋਏ, ਕੋਈ ਧਿਰ ਵਾਂਗ ਬਾਂਸ ਦੀ ਤਰ੍ਹਾਂ ਹੋਮੇ ਵਿੱਚ ਨਾ ਡੁੱਬ ਜਾਇਓ। ਕਹਿੰਦੇ ਨੇ ਭਗਤ ਕਬੀਰ ਜੀ ਕਹਿਣ ਲੱਗੀ ਜਿਵੇਂ ਬਾਂਸ ਦੇ ਅੰਦਰ ਆਪਣੇ ਉੱਚੇ ਕੱਦ ਦਾ ਹੋਮੇ ਹੰਕਾਰ ਹੈ ਨਾ, ਇਵੇਂ ਤੁਸੀਂ ਵੀ ਹੋਮੇ ਹੰਕਾਰ ਵਿੱਚ ਡੁੱਬ ਨਾ ਜਾਇਓ। ਫਿਰ ਕੀ ਹੋਵੇਗਾ ਜੇ ਹੰਕਾਰ ਵਿੱਚ ਆ ਜਾਏਗਾ? ਤੇ ਫਿਰ ਭਗਤ ਕਬੀਰ ਜੀ ਕਹਿਣ ਲੱਗੇ ਜਿਵੇਂ ਚੰਦਨ ਕੇ ਨਿਕਟੇ ਵਸੇ, ਬਾਂਸ ਜਿਹੜਾ ਹੈ ਨਾ ਚੰਦਨ ਦੇ ਨੇੜੇ ਆ ਪਰ ਉਹ ਸੁਗੰਧੀ ਦਾ ਧਾਰਨੀ ਨਹੀਂ ਬਣਦਾ। ਚੰਦਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ, ਬਾਂਸ ਦੇ ਵਿੱਚ ਕੋਈ ਸੁਗੰਧੀ ਨਹੀਂ ਆਉਂਦੀ ਕਿਉਂਕਿ ਉਹਨੂੰ ਆਪਣਾ ਹੰਕਾਰ ਹੈ। ਔਰ ਜਿੰਨੀ ਦੇਰ ਤੱਕ ਮਨੁੱਖ ਹੰਕਾਰ ਛੱਡਦਾ ਨਹੀਂ ਉਨੀ ਦੇਰ ਤੱਕ ਇਹਦਾ ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਲਾ ਗਰ ਸੰਗੇਣ ਨਿੰਮ ਬਿਰਖ ਸੇ ਚੰਦਨੇ,
ਮੈਲਾਗਰ ਸੰਗੀਨ ਚੰਦਨ ਦੇ ਨਿਕਟ ਵਸਿਆ ਹੋਇਆ ਨਿੰਮ ਦਾ ਦਰਖਤ। ਤੇ ਖਿਆਲ ਕਰਨਾ ਨਿੰਮ ਬੜੀ ਕੌੜੀ ਹੁੰਦੀ ਹੈ, ਭਾਵੇਂ ਕਿ ਬਹੁਤੀਆਂ ਦਵਾਈਆਂ ਦੇ ਵਿੱਚ ਵਰਤੀ ਜਾਂਦੀ ਹੈ ਆਪਣੇ ਗੁਣ ਦੇ ਕਾਰਨ, ਪਰ ਉਂਝ ਬੜੀ ਕੌੜੀ ਹੈ। ਮੁੱਖ ਦੇ ਵਿੱਚ ਪਾਓ ਮਨੁੱਖ ਇੱਕਦਮ ਕੁਰਲੀ ਕਰ ਦਿੰਦਾ ਪਾਣੀ ਮੂੰਹ ਚ ਪਾ ਕੇ, ਕਿਉਂਕਿ ਬੜੀ ਕੌੜੀ ਹੈ, ਬੜੀ ਔਖੀ ਹੈ ਉਹਦੀ ਤਕਸੀਰ ਜਿਹੜੀ ਹੈ ਕੌੜੀ ਹੋਣ ਕਾਰਨ। ਪਰ ਕਹਿਣ ਲੱਗੇ ਉਹ ਵੀ ਚੰਦਨ ਦੇ ਨਿਕਟ ਵਸੀ ਹੋਈ ਹੈ, ਉਹ ਵੀ ਚੰਦਨ ਦਾ ਰੂਪ ਹੋ ਜਾਂਦੀ ਹੈ। ਮੈਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ, ਨਿਕਟ ਬਸੰਤੋ ਬਾਂਸੋ। ਪਰ ਕਹਿਣ ਲੱਗੇ ਚੰਦਨ ਦੇ ਨਜ਼ਦੀਕ ਬਾਂਸ ਉੱਗਿਆ ਹੋਇਆ ਹੈ। ਨਾਨਕ ਅਹੰਗ ਬੁੱਧ ਨਾ ਬੋਹਤੇ, ਪਰੰਤੂ ਬਾਂਸ ਜਿਹੜਾ ਹੈ ਨਾ ਉਹ ਹੰਕਾਰ ਵਿੱਚ ਡੁੱਬਿਆ ਹੋਇਆ ਅਹੰ ਬੁੱਧ ਹੋਣ ਦੇ ਕਾਰਨ ਉਹ ਉਵੇਂ ਥੋਥਾ ਹੀ ਰਹਿ ਜਾਂਦਾ, ਉਹਦੇ ਅੰਦਰ ਜਿਹੜੀ ਹੈ ਸੁਗੰਧੀ ਨਹੀਂ ਚੇ ਆਉਂਦੀ। ਹੁਣ ਦੂਸਰੇ ਸਲੋਕ ਦੇ ਵਿੱਚ ਭਗਤ ਕਬੀਰ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਇਹ ਮਨੁੱਖ ਤੇਰੇ ਅੰਗਰ ਔਗੁਣ ਹੈ, ਪਰ ਔਗੁਣਾਂ ਦੇ ਕਾਰਨ ਵੀ ਜੇ ਤੂੰ ਗੁਰੂ ਸ਼ਰਨ ਵਿੱਚ ਆ ਜਾਵੇਂ, ਸਤ ਸੰਗਤ ਵਿੱਚ ਚਲਾ ਜਾਵੇਂ, ਸਤ ਸੰਗਤ ਤੇਰੇ ਅੰਦਰ ਚੰਗੇ ਗੁਣ ਭਰ ਦੇਵੇਗੀ, ਤੇਰਾ ਪਾਰ ਉਤਾਰਾ ਹੋ ਜਾਏਗਾ। ਪਰ ਸਤ ਸੰਗਤ ਦੇ ਵਿੱਚ ਜਾ ਕੇ ਵੀ ਜੇ ਤੂੰ ਹੰਕਾਰੀ ਰਿਹਾ ਨਾ, ਤੇ ਯਾਦ ਰੱਖੀ ਫਿਰ ਹੰਕਾਰ ਦੇ ਕਾਰਨ ਤੇਰੇ ਅੰਦਰ ਚੰਗੇ ਗੁਣ ਨਹੀਂ ਆਉਣੇ, ਤੇ ਤੂੰ ਜੀਵਨ ਦੇ ਅੰਦਰ ਦੁਖੀ ਹੋਵੇਗਾ। ਕਿਉਂਕਿ ਬਾਂਸ ਜਿਹੜਾ ਹੈ ਨਾ ਆਪਣੇ ਉੱਚੇ ਕਦ ਦੇ ਕਾਰਨ ਆਪ ਤੇ ਹੰਕਾਰੀ ਹੈ, ਤੇ ਕਈ ਵਾਰ ਕੀ ਹੁੰਦਾ ਬਾਂਸ ਜਿਹੜਾ ਹੈ ਨਾ ਉਹ ਜੰਗਲ ਦੇ ਵਿੱਚ ਅੱਗ ਲਾਉਣ ਦਾ ਕੰਮ ਵੀ ਬੜਾ ਕਰਦਾ ਹੈ। ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਜੰਗਲ ਦੇ ਵਿੱਚ ਉਹ ਬਾਂਸਾਂ ਦੇ ਦਰਖਤ ਆਪਸ ਵਿੱਚ ਖਿੰਦੇ ਨੇ ਨਾ, ਤੇ ਉਹ ਕਈ ਵਾਰ ਅੱਗ ਪੈਦਾ ਕਰ ਦਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਇਹ ਮਨੁੱਖ ਜੇ ਤੇਰੇ ਅੰਦਰ ਹੰਕਾਰ ਹੈ ਨਾ, ਇਹ ਹੰਕਾਰੀ ਬਿਰਤੀ ਤੈਨੂੰ ਆਪਣੇ ਆਪ ਨੂੰ ਤੇ ਬਰਬਾਦ ਕਰੇ ਹੀ ਕਰੇਗੀ। ਜੇ ਉਹਦੇ ਸੰਪਰਕ ਵਿੱਚ ਕੋਈ ਹੋਰ ਆ ਗਿਆ ਨਾ, ਉਹਦੇ ਜੀਵਨ ਨੂੰ ਵੀ ਬਰਬਾਦ ਕਰ ਦੇਗੀ। ਤੇ ਭਗਤ ਕਬੀਰ ਅੱਜ ਦੇ ਦੋ ਸ਼ਲੋਕਾਂ ਦੇ ਵਿੱਚ ਇਹੀ ਕਹਿੰਦੇ ਨੇ, ਤੇਰੀ ਸੰਗਤ ਚੰਗੀ ਹੋਵੇ, ਚੰਗੀ ਸੰਗਤ ਤੇਰਾ ਪਾਰ ਉਤਾਰਾ ਕਰ ਦੇਗੀ, ਤੇ ਜੇ ਤੇਰੀ ਚੰਗੀ ਸੰਗਤ ਨਹੀਂ ਹੈ ਤੇ ਫਿਰ ਤੇਰਾ ਪਾਰ ਉਤਾਰਾ ਨਹੀਂ ਹੋਣਾ। ਦੂਸਰੀ ਗੱਲ, ਜੇ ਸੰਗਤ ਵਿੱਚ ਚਲਾ ਵੀ ਗਿਆ ਤੇ ਖਿਆਲ ਕਰੀ ਬਾਂਸ ਵਰਗਾ ਹੰਕਾਰੀ ਹੋ ਕੇ ਨਾ ਜਾਈ, ਜੇ ਹੰਕਾਰੀ ਹੈ ਗਿਆ ਤੇ ਤੇਰੇ ਅੰਦਰ ਚੰਗੇ ਗੁਣ ਪੈਦਾ ਨਹੀਂ ਜੇ ਹੋਣੇ। ਇਸ ਕਰਕੇ ਨਿਮਰਤਾ ਦੇ ਵਿੱਚ ਹੰਕਾਰ ਛੱਡ ਕੇ ਗੁਰੂ ਦੀ ਸੰਗਤ ਵਿੱਚ ਜਾ, ਪਰਮੇਸ਼ਰ ਦਾ ਨਾਮ ਜਪਿਆ ਮਨੁੱਖ ਦਾ ਪਾਰ ਉਤਾਰਾ ਹੋ ਜਾਵੇਗਾ ਜੀ।